ਸਤਿ ਸ੍ਰੀ ਅਕਾਲ ਦੋਸਤੋ, ਪੰਜਾਬ ਐਜੂਕੇਸ਼ਨ ਬੋਰਡ ਦੇ ਵਿਦਿਆਰਥੀਆਂ ਨੂੰ ਜਿਸ ਘੜੀ ਦਾ ਸੀ ਬਹੁਤ ਦੇਰ ਤੋਂ ਇੰਤਜ਼ਾਰ, ਉਹ ਘੜੀ ਆ ਗਈ ਹੈ। ਜੀ ਹਾਂ, ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲਾਂ ਨੂੰ ਖੋਲਣ ਦਾ ਕਰ ਦਿੱਤਾ ਹੈ ਐਲਾਨ। 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਖੁੱਲਣਗੇ ਸਕੂਲ। ਆਓ ਤੁਹਾਨੂੰ ਦੱਸਦੇ ਹਾਂ ਕਿਸ ਤਰੀਕ ਨੂੰ ਖੁੱਲਣਗੇ 10ਵੀਂ, 11ਵੀਂ ਅਤੇ 12ਵੀਂ ਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੂਲ। ਦੋਸਤੋ, ਖਬਰ ਸ਼ੁਰੂ ਕਰਨ ਤੋਂ ਪਹਿਲਾਂ, ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ, ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ। ਆਓ ਵਧਦੇ ਹਾਂ ਖਬਰ ਵੱਲ। ਮੁੱਖ ਮੰਤਰੀ ਪੰਜਾਬ ਵੱਲੋਂ 26 ਜੁਲਾਈ ਤੋਂ ਪੰਜਾਬ ਵਿੱਚ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਸਕੂਲ ਖੋਲਣ ਦੇ ਹੁਕਮ ਦਿੱਤੇ ਗਏ ਹਨ। ਇਸ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਸਥਿਤੀ ਕੰਟਰੋਲ ਵਿੱਚ ਰਹਿੰਦੀ ਹੈ ਤਾਂ 2 ਅਗਸਤ ਤੋਂ ਸਕੂਲਾਂ ਵਿੱਚ ਹੋਰ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਉੱਥੇ ਹੀ ਅਧਿਆਪਕਾਂ ਲਈ ਕੋਰੋਨਾ ਟੀਕੇ ਦੀਆਂ ਦੋਨੋਂ ਖੁਰਾਕਾਂ ਲਾਜ਼ਮੀ ਹੋਣਗੀਆਂ। ਉੱਥੇ ਹੀ ਪੰਜਾਬ ਵਿੱਚ 3ਜੀ ਲਹਿਰ ਉੱਤੇ ਰੋਕ ਲਗਾਉਣ ਲਈ 6 ਤੋਂ 17 ਸਾਲ ਦੀ ਉਮਰ ਸਮੂਹ ਦੇ ਬੱਚਿਆਂ ਤੇ ਕੇਂਦਰਿਤ 3ਜਾ ਸੈਂਟੀਨੈਂਟਲ ਸੀਰੋ ਨਿਗਰਾਨੀ ਸਰਵੇਖਣ ਸ਼ੁਰੂ ਕੀਤਾ ਜਾਵੇਗਾ। ਪੜ੍ਹਾਈ ਵਿੱਚ ਤੁਹਾਨੂੰ ਆਉਂਦੇ ਹਨ ਡਾਊਟ ਤਾਂ 5 ਸੈਕਿੰਡ ਵਿੱਚ ਡਾਊਟ ਨੈਟ ਨਾਲ ਕਰੋ ਇਹਨਾਂ ਨੂੰ ਆਊਟ। ਬਸ ਸਵਾਲ ਦੀ ਫੋਟੋ ਖਿੱਚੋ, ਕ੍ਰੌਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ। ਫਿਰ ਚਾਹੇ ਤੁਹਾਡਾ ਸਵਾਲ ਫਿਜ਼ਿਕ, ਕੈਮਿਸਟਰੀ, ਮੈਥ, ਬਾਇਓਲੋਜੀ ਦਾ ਹੋਵੇ, CBSE, UP, ਬਿਹਾਰ, ਮਹਾਰਾਸ਼ਟਰ ਜਾਂ ਫਿਰ ਕਿਸੇ ਵੀ ਸਟੇਟ ਬੋਰਡ ਦਾ ਹੋਵੇ, ਇੱਥੋਂ ਤੱਕ ਕਿ ਜਮਾਤ 6ਵੀਂ ਤੋਂ 12ਵੀਂ, IIT, JEE ਜਾਂ NEET ਦਾ ਸਵਾਲ ਹੋਵੇ, ਸਾਰੇ ਸਵਾਲਾਂ ਦੇ ਵੀਡੀਓ ਸੋਲੂਸ਼ਨ ਮਿਲਣਗੇ 5 ਸਕਿੰਟ ਤੇ ਤੁਹਾਨੂੰ ਡਾਊਟ ਨੈਟ ਐਪ ਤੇ। ਇਸ ਦੇ ਨਾਲ ਹੀ ਚੱਲ ਰਹੀ ਹੈ ਡਾਊਟ ਨੈਟ ਤੇ ਇੰਡੀਆ ਦੀ No. 1 ਡੇਲੀ ਆਨਲਾਈਨ ਕਲਾਸਿਸ, ਉਹ ਵੀ ਹਿੰਦੀ ਤੇ ਇੰਗਲਿਸ਼ ਮੀਡੀਅਮ ਵਿੱਚ, ਜਿੱਥੇ ਪੂਰਾ ਕੋਰਸ ਪੜਾਇਆ ਜਾ ਰਿਹਾ ਹੈ। ਅੱਜ ਹੀ ਇਹਨਾਂ ਕੋਰਸਾਂ ਦਾ ਹਿੱਸਾ ਬਣੋ ਅਤੇ ਡਾਊਟ ਨੈਟ ਐਪ ਇੰਸਟਾਲ ਕਰੋ। ਇਸ ਦੇ ਨਾਲ ਹੀ ਕੇਂਦਰ ਤੋਂ 40 ਲੱਖ ਵੈਕਸੀਨ ਭੇਜਣ ਦੀ ਮੰਗ ਵੀ ਕੀਤੀ ਗਈ ਹੈ। ਸੋ ਦੋਸਤੋ, ਜਿਸ ਘੜੀ ਦਾ ਕਾਫੀ ਦੇਰ ਤੋਂ ਵਿਦਿਆਰਥੀਆਂ ਨੂੰ ਇੰਤਜ਼ਾਰ ਸੀ ਅਤੇ ਬਾਰ ਬਾਰ ਕਮੈਂਟ ਕਰਕੇ ਪੁੱਛ ਵੀ ਰਹੇ ਸਨ ਕਿ ਪੰਜਾਬ ਤੋਂ ਇਲਾਵਾ ਬਾਕੀ ਰਾਜਾਂ ਵਿੱਚ ਸਕੂਲ ਖੁੱਲਣੇ ਸ਼ੁਰੂ ਹੋ ਗਏ ਹਨ, ਪੰਜਾਬ ਵਿੱਚ ਕਦੋਂ ਖੁੱਲਣਗੇ। ਸੋ ਉਹਨਾਂ ਲਈ ਇਹ ਖੁਸ਼ੀ ਦੀ ਘੜੀ, 26 ਜੁਲਾਈ ਤੋਂ ਪੰਜਾਬ ਵਿੱਚ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਸਕੂਲ ਖੁੱਲ ਜਾਣਗੇ। ਇਸ ਵਿੱਚ ਇੱਕ ਸ਼ਰਤ ਰੱਖੀ ਗਈ ਹੈ ਕਿ ਅਧਿਆਪਕਾਂ ਦੇ ਘੱਟੋ ਘੱਟ ਟੀਕੇ ਦੀਆਂ ਦੋਨੋਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਸੋ ਦੋਸਤੋ, ਇਸ ਵੇਲੇ ਦੀ ਅਹਿਮ ਖਬਰ, ਅਜੇ ਤੱਕ ਸਿਰਫ ਇੰਨਾ ਹੀ ਪਤਾ ਲੱਗ ਸਕਿਆ ਹੈ ਕਿ 26 ਜੁਲਾਈ ਤੋਂ ਸਕੂਲ ਖੁੱਲਣਗੇ। ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਹਦਾਇਤਾਂ ਹਨ, ਉਸਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਜਲਦੀ ਹੀ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ। ਤਦ ਤੱਕ ਲਈ ਧੰਨਵਾਦ।